ਚ ਰੁਕੀਆਂ ਪੰਪ ਤੇ ਗੱਡੀ 'ਚ ਤੇਲ ਪਵਾਉਣਾ ਰਾਤ 'ਚ ਆਉਂਦਾ ਇੱਕ ਛੋਟਾ ਜਿਹਾ ਸ਼ਹਿਰ ਜਿਹਦਾ ਨਾਮ ਹੈ ਡੈਡ ਮੈਨਸ ਫਲੈਟ ਜਿੱਥੇ ਕਿ ਤੁਹਾਨੂੰ ਹੋਟਲ ਵੀ ਮਿਲ ਜਾਣਗੇ ਪੰਦਰਾਂ ਕਿਲੋਮੀਟਰ ਅੱਗੇ ਜਾਣ ਦੇ ਬਾਅਦ ਇੱਕ ਟੋਲ ਆਉਂਦੀ ਹੈ ਜਿੱਥੇ ਕਿ ਤੁਹਾਨੂੰ ਬੈਂਫ ਨੈਸ਼ਨਲ ਪਾਰਕ ਦੀ ਐਂਟਰੀ ਫੀਸ ਪੇ ਕਰਨੀ ਪੈਂਦੀ ਹੈ ਅਸੀਂ ਚਾਰ ਜਾਣੇ ਸੀਗੇ ਅਤੇ ਸਾਨੂੰ $21 ਪੇ ਕਰਨੇ ਪਏ ਅਤੇ ਇਹਨਾਂ ਨੇ ਬੁੱਕਲੈਟ ਦਿੱਤੀ ਹੈ ਕਹਿੰਦੇ ਆ ਕਿ ਯੂ ਕੈਨ ਐਕਸੈਸ ਆਲ ਦੀ ਏਰੀਆਜ਼ ਇਨ ਗ੍ਰੀਨ ਜਿੰਨੀਆਂ ਵੀ ਲੇਕਸ ਆਈਆਂ ਮਤਲਬ ਸਾਰਿਆਂ ਦਾ ਪੂਰਾ ਬਲੂ ਵਾਟਰ ਹੈਗਾ ਨੇ ਇਦਾਂ ਮਤਲਬ ਬ੍ਰਿਜਸ ਬਣਾਏ ਹੋਏ ਆ ਹਾਈਵੇ ਦੇ ਉੱਤੇ ਤਾਂ ਕਿ ਜਿੰਨੇ ਵੀ ਵਾਈਲਡ ਲਾਈਫ ਵਾਲੇ ਜਾਨ ਮਤਲਬ ਜਿੰਨੇ ਵੀ ਜਾਨਵਰ ਵਗੈਰਾ ਨੇ ਉਹ ਸਾਰੇ ਹਾਈਵੇ 'ਤੇ ਨਾ ਆਉਣ ਅਤੇ ਉੱਥੋਂ ਹੀ ਕ੍ਰੋਸ ਕਰ ਲੈਣ ਸਾਈਡ 'ਤੇ ਦੋਨੋਂ ਸਾਈਡ ਫੈਂਸਿਸ ਨੇ ਤਾਂ ਕਿ ਕੋਈ ਵੀ ਐਕਸੀਡੈਂਟ ਵਗੈਰਾ ਨਾ ਹੋਵੇ ਕਿਉਂਕਿ ਜਾਨਵਰ ਵਗੈਰਾ ਰੋਡ 'ਚ ਆ ਜਾਂਦੇ ਨੇ ਅਤੇ ਐਕਸੀਡੈਂਟ ਹੋ ਜਾਂਦੇ ਨੇ ਤਾਂ ਕਰਕੇ ਮਤਲਬ ਕਾਫੀ ਵਧੀਆ ਕਾਫੀ ਡਿਵੈਲਪਡ ਏਰੀਆ ਬੱਦਲਾਂ ਨਾ ਘਿਰੇ ਪਹਾੜਾਂ ਦਾ ਨਜ਼ਾਰਾ ਲੈਂਦੇ ਲੈਂਦੇ ਅਸੀਂ ਪਹੁੰਚ ਕੇ ਲੇਕ ਲੂਇਸ ਵਿਊ ਦੇਖੋ ਯਾਰ ਕਿੰਨਾ ਵਧੀਆ ਜ਼ੂਮ ਕਰਕੇ ਦਿਖਾਉਂਦਾ ਬਹੁਤ ਸੋਹਣਾ ਵਿਊ ਆ ਮਤਲਬ ਇੱਦਾਂ ਦੀ ਫੀਲ ਆਉਂਦੀ ਹੈ ਜਿੱਦਾਂ ਨੈਨੀਤਾਲ ਆ ਗਏ ਹੋਵੋ ਨੈਨੀਤਾਲ ਇੰਡੀਆ 'ਚ ਆ ਇੰਡੀਆ ਦਾ ਹਿਲ ਸਟੇਸ਼ਨ ਆ ਪੂਰੀ ਸ਼ਿਮਲਾ ਵਾਲੀ ਫੀਲ ਆਉਂਦੀ ਆ ਹੈ ਨਾ ਬਾਈ ਪੂਰੀ ਜੀ ਪੂਰੀ ਚਰਚ 'ਚ ਹੋ ਕੇ ਆਏ ਹਾਂ ਪਿੱਛੇ ਸ਼ਿਮਲੇ ਵਾਲੀ ਮਜ਼ਾਕ ਕਰਦਾ ਬਾਈ ਹਜੇ ਕਿਤੇ ਵੀ ਨਹੀਂ ਗਏ ਬਸ ਹੁਣੇ ਆ ਕੇ ਪਾਰਕਿੰਗ 'ਚ ਲਾਈ ਆ ਹੁਣ ਟਰੈਕਿੰਗ ਕਰਨ ਚੱਲਦੇ ਹਾਂ ਓ ਮਾਈ ਗਾਡ ਭਾਈ ਤੁਸੀਂ ਬਿਨਾਂ ਧੁੱਪ ਦੇ ਚਸ਼ਮੇ ਲਾਏ ਆ ਸਨ ਗਲਾਸਿਸ ਓ ਮਾਈ ਗਾਡ ਚਲੋ ਹੁਣ ਚੱਲਦੇ ਹਾਂ ਲੇਕ ਲੂਇਸ ਬਾਈ ਰੱਖ ਆਇਆ ਸੀ ਗੱਡੀ 'ਚ ਪਾਰਕਿੰਗ ਪਰਮਿਟ ਚੱਲਦੇ ਹਾਂ ਹੁਣ ਸਾਡੇ ਨਾਲ ਸੰਜੇ ਦੱਤ ਜੀ ਵੀ ਨੇ ਬਾਈ ਤਾਂ ਦੇਖਦਾ ਹੀ ਨਹੀਂ ਯਾਰ ਕਿਸੇ ਵੱਲ ਬਹੁਤ ਭੀੜ ਆ ਯਾਰ ਇੱਥੇ ਫਿਰ ਵੀ ਠੀਕ ਆ ਕਿ ਨਹੀਂ ਹਾਂ ਬੰਦੇ ਬੰਦਾ ਵੱਜਦਾ ਫਿਰਦਾ ਕਿਸ਼ਤੀ ਤਾਂ ਦੇਖਿਓ ਵੀਰੇ ਸੰਧੂ ਵੀਰੇ ਦੇਖੇ ਇੱਥੇ ਆ ਕਿ ਹੋਰ ਕਿਤੇ ਆ ਉਹ ਇੱਥੇ ਨਹੀਂਗਾ ਇੱਥੇ ਹੀ ਤੁਸੀਂ ਚਲਾ ਹਾਂਜੀ ਆ ਹੈਗਾ ਯਾਰ ਇੱਥੇ ਹੀ ਹੈਗਾ ਰੈਂਟ ਨਹੀਂ ਮਿਲਿਆ ਕਿਉਂਕਿ ਸਾਰੇ ਸੇਮ ਰੰਗ ਦੇ ਪਿੱਛੇ ਦੇਖੋ ਵਾਈਟ ਸਟ੍ਰਿਪ ਮਿਲਿਆ ਵਿਊ ਦੇਖੋ ਯਾਰ ਕਿੰਨਾ ਵਧੀਆ ਦੋ ਪਰਬਤਾਂ ਦੇ ਵਿੱਚ ਪਹਾੜਾਂ ਦੀ ਪਿਘਲੀ ਹੋਈ ਬਰਫ਼ ਨਾਲ ਬਣੀ ਇਹ ਲੇਕ 230 ਫੁੱਟ ਗਹਿਰੀ ਹੈ ਲੇਕ ਲੂਇਸ ਨੂੰ ਸਰਦੀਆਂ 'ਚ ਜੰਮਣ ਦੇ ਬਾਅਦ ਜੂਨ ਦਾ ਮਹੀਨਾ ਤੱਕ ਲੱਗ ਜਾਂਦਾ ਹੈ ਪਾਣੀ ਪਿਘਲਦਿਆਂ ਉੱਥੇ ਸੀਗੇ ਅਸੀਂ ਹੁਣੇ ਹੁਣੇ ਉੱਥੇ ਫੋਟੋਆਂ ਖਿੱਚ ਕੇ ਅਤੇ ਅਸੀਂ ਹੁਣ ਚੱਲੇ ਹਾਂ ਬੋਟਿੰਗ ਕਰਨ ਹੁਣ ਬੋਟਿੰਗ ਦਾ ਪੁੱਛਦੇ ਹਾਂ ਲਾਈਨ 'ਚ ਲੱਗਣਾ ਪੈਣਾ ਐਗਜ਼ਿਟ ਓਨਲੀ ਡੂ ਨੋਟ ਐਂਟਰ ਡੇ ਵਿਜ਼ਿਟਰ ਲਾਈਨ ਬਹੁਤ ਘੈਂਟ ਵਿਊ ਆ ਯਾਰ ਬਾਈ ਬਾਈ ਬਰਥ ਡੇ ਆਇਆ ਨਹੀਂ ਉਹਨਾਂ ਨੇ ਜਾਣਾ ਜਿੰਨਾ ਦੇ ਉਹ ਆ ਫਿਰ ਮਾਨ ਦੇਖ ਲਓ ਇਸ ਬੋਟ ਹਾਊਸ ਬੋਟ ਲੈ ਲਈਏ ਇੱਕ ਘੰਟੇ ਲਈ ਬਾਈ ਬਹੁਤ ਖੁਸ਼ ਆ $10 ਦਾ ਡਿਫਰੈਂਸ ਸੀਗਾ ਬਸ ਅੱਧੇ ਘੰਟੇ ਅਤੇ ਇੱਕ ਘੰਟੇ ਦੀ ਮਤਲਬ ਬੋਟ ਰੈਂਟਲ 'ਚ ਕਯਾਕ ਇਹਨੂੰ ਕਯਾਕ ਕਹੀਦਾ ਬੋਟ 'ਤੇ ਦੂਜੀ ਹੁੰਦੀ ਆ ਬਾਈ ਮਜ਼ਾ ਬਹੁਤ ਆਉਣ ਵਾਲਾ ਬਿਲਕੁਲ ਜੀ ਬਿਲਕੁਲ ਇਟਸ ਗੋਨਾ ਬੀ ਅ ਰੀਅਲ ਐਡਵੈਂਚਰ ਇੱਕ ਘੰਟੇ ਦੇ $165 ਪੇ ਕਰਨ ਦੇ ਬਾਅਦ ਸਾਨੂੰ ਆਪਣੀ ਸੇਫਟੀ ਬਾਰੇ ਦੱਸਿਆ ਗਿਆ ਹੋਰ ਬੋਟ ਨੂੰ ਕਿਵੇਂ ਚਲਾਉਣਾ ਹੈ ਕਿਵੇਂ ਨਹੀਂ ਉਹ ਸਾਰਾ ਵੀ ਸਮਝਾਇਆ ਗਿਆ ਸਮਝਣ ਦੇ ਬਾਅਦ ਅਸੀਂ ਲਾਈਫ ਜੈਕਟ ਪਹੁੰਚ ਚਲ ਗਏ ਤਾਂ ਕਿ ਅਸੀਂ ਬੋਟ ਦਾ ਇੰਤਜ਼ਾਰ ਕਰ ਸਕੀਏ
ਉਹਨਾਂ ਲਾਈਫ ਜੈਕਟ ਲੈ ਕੇ ਆਇਆ ਡੇਲੀ ਥੈਂਕ ਯੂ ਸੋ ਮਚ Guys wants the whistle. Oh me, I'm gonna sitting in I'll be sitting in the center. Okay, perfect. I'll grab the other two paddles then as well. CT de ditti hai inna ne. CT maranga. Mazak karda. Oye aa ja oye. You guys liking it? ਉੱਥੇ ਮੈਂ ਜ਼ੂਮ ਕਰਕੇ ਦਿਖਾਉਂਦਾ ਸਾਹਮਣੇ ਉੱਥੇ ਹਜੇ ਵੀ ਬਰਫ਼ ਪਈ ਹੋਈ ਆ ਬਹੁਤ ਘੈਂਟ ਵਿਊ ਆ ਯਾਰ ਮਜ਼ਾ ਆ ਗਿਆ ਬਾਈ ਜਿਹੜਾ ਵੀ ਬੈਂਫ ਆਏਗਾ ਜਾਂ ਜਿੰਨੇ ਵੀ ਆਉਣਾ ਲੇਕ ਲੂਇਸ ਹੋ ਕੇ ਜਾਓ ਅਤੇ ਫੋਰ ਸ਼ੋਰ ਤੁਸੀਂ ਬੋਟਿੰਗ ਕਰਕੇ ਜਾਓ ਬੋਟਿੰਗ ਮਤਲਬ ਨੈਕਸਟ ਲੈਵਲ ਐਕਸਪੀਰੀਅੰਸ ਆ ਇੱਥੇ ਜੇ ਬੋਟਿੰਗ ਨਹੀਂ ਕੀਤੀ ਤਾਂ ਆਉਣ ਦਾ ਕੋਈ ਫਾਇਦਾ ਨਹੀਂ ਗਾ ਬਾਈ ਵੀ ਚੇਲੇ ਕਰਨ ਦਿਆ ਪੂਰਾ ਬਾਈ ਸਨੈਪ ਬਣਾਈ ਜਾਣ ਦਿਆ ਮਤਲਬ ਕਾਫੀ ਇੰਜੋਏ ਕਰਨ ਦੇ ਆ ਅਸੀਂ ਆਹ ਦੇਖੋ ਇਹੀ ਆ ਨਾ ਪੰਗੇ ਲਏ ਹੋਏ ਨਾ ਐਕਸਪੈਰੀਮੈਂਟ ਲਏ ਹੋਏ ਨਾ ਇਹਨਾਂ ਦਾ ਕੁਛ ਨਹੀਂ ਸਰਦਾ ਪੰਜਾਬੀਆਂ ਦਾ ਹਾਏ ਯੂ ਗਾਈਜ਼ ਇੰਜੋਇੰਗ ਓ ਹੌਲੀ ਓ ਹੌਲੀ ਓ ਮੇਰੇ ਉੱਤੇ ਪਾਣੀ ਨਾ ਪਾ ਮੇਰਾ ਵੀਰ ਪਾਣੀ ਧੀਆ ਛੱਲਾ ਹੋਵੇ ਬਾਈ ਸੂਰਜ ਵੀ ਨਿਕਲ ਆਇਆ ਉੱਤੇ ਓ ਮੇਰੇ ਵੀਰ ਹੌਲੀ ਬਾਈ ਬੜਾ ਮਜ਼ਾ ਆਉਂਦਾ ਕਸ ਓ ਤੇਰੀ ਐਸੀ ਤੈਸੀ ਯਾਰ ਆਰਾਮ ਨਾਲ ਅਮਰੀਕ ਵੀਰ ਆਰਾਮ ਨਾਲ ਯਾਰ ਤੂੰ ਮੈਨੂੰ ਬੜਾ ਪਿਓ ਆਇਆ ਏ ਇੱਕ ਦੂਜੇ ਨਾਲ ਹੱਸਦੇ ਖੇਡਦੇ ਸੋਹਣੇ ਪਹਾੜਾਂ ਦਾ ਨਜ਼ਾਰਾ ਲੈਂਦੇ ਔਰ ਇਸ ਝੀਲ 'ਚ ਸਮਾਂ ਬਿਤਾਉਣ ਦੇ ਬਾਅਦ ਅਸੀਂ ਵਾਪਸ ਤੁਰ ਪਏ ਕਿਉਂਕਿ ਸਾਨੂੰ ਬੋਟ ਵਾਪਸ ਕਰਕੇ ਫਿਰ ਟ੍ਰੇਲ 'ਤੇ ਵੀ ਜਾਣਾ ਸੀਗਾ ਚਲੋ ਚੱਲੀਏ ਟ੍ਰੇਲ 'ਤੇ ਹਾਏ ਯਾ ਥੈਂਕ ਯੂ तो फिर हम लोग उधर से मूव हो गए सस्कस्टवान में या पीआर के लिए हाँ फेयरव्यू पॉइंट दी ट्रैकिंग के दौरान सानू एक फैमिली मिली जो कि ओंटेरियो तो घूमन आई सी बैंफ तो इन्हां नाल असी काफ़ी सारिया गल्लां बातें करके तो अपना समा गुजारिया ओ माय गॉड जट्टी ए नी मुंडा गैंगस्टर ਸਾਹ ਚੜ੍ਹ ਗਿਆ ਯਾਰ ਹੈਨਾ ਪਰ ਉੱਦਾਂ ਵਿਊ ਘੈਂਟ ਆ ਮਤਲਬ ਮਜ਼ਾ ਆਉਂਦਾ ਵੀ ਕੇਮ ਫਰੋਮ ਸਸਕੈਚੁਆਨ ਯਾ ਫਲੋਰੀਡਾ ਨਾਈਸ ਜਿਹੜਾ ਪਿੱਛੇ ਕਪਲ ਤੁਸੀਂ ਦੇਖਣ ਦਿਓ ਇਹ ਸਾਨੂੰ ਦੱਸਦੇ ਸੀਗੇ ਕਿ ਇਹ ਅਮੈਰੀਕਾ ਫਲੋਰੀਡਾ ਤੋਂ ਆਏ ਨੇ ਅਤੇ ਇਹਨਾਂ ਕੋਲ ਆਪਣਾ ਮੋਟਰ ਹੋਮ ਆ ਮਤਲਬ ਜਿਹੜੀ ਗੱਡੀ ਜੀ ਹੁੰਦੀ ਹੈ ਜਿਸ 'ਚ ਤੁਸੀਂ ਰਹਿ ਸਕਦੇ ਹੋ ਅਤੇ ਉਹ ਇਹ 10,000 ਕਿਲੋਮੀਟਰ ਦੀ ਡਰਾਈਵ ਕਰਕੇ ਆਏ ਨੇ ਇੱਥੇ ਬੈਂਫ ਘੁੰਮਣ ਹੁਣ ਤੁਸੀਂ ਖੁਦ ਹਿਸਾਬ ਲਾ ਲਓ ਲੋਕ ਕਿੰਨੀ ਕਿੰਨੀ ਦੂਰੋਂ ਆਉਂਦੇ ਆ ਮਾਈਲਸ ਨੋਟ ਕਿਲੋਮੀਟਰ 15,000 ਬਾਈ ਦੇਖ ਲਓ ਰਾਹ 'ਚ ਹੋਰ ਵੀ ਲੋਕ ਮਿਲਦੇ ਆ ਮਾਰਨਿੰਗ ਵਧੀਆ ਹੈ ਲੋਕ ਕਾਫੀ ਵਧੀਆ ਕਈ ਲੋਕ ਇੱਥੇ ਬਾਲੇ ਹੀ ਵਧੀਆ ਨੇ ਕਈ ਨਹੀਂ ਵੀ ਹੁੰਦੇ ਚੰਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੇਖਣ ਲਈ ਇਸ ਵੀਡੀਓ 'ਤੇ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ
चैनल नू सब्सक्राइब जरूर कर दियो। मिलते हैं तुहानू अगली वीडियो विच।